ਜੈ ਹਿੰਦ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫੇਰ ਆਇਆ ਤੁਹਾਡੇ ਵਾਸਤੇ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ ਤੇ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਗੱਲ ਕਰਾਂਗੇ ਨਵੀਂ ਪੰਜਾਬ ਪੁਲਿਸ ਭਰਤੀ ਬਾਰੇ ਜੀ ਹਾਂ ਦੋਸਤੋ ਨਵੀਂ ਪੰਜਾਬ ਪੁਲਿਸ ਭਰਤੀ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਨਵੀਂ ਦਾ ਮਤਲਬ ਦੋਸਤੋ ਬਿਲਕੁਲ ਨਵੀਂ ਜਿਹੜੀ ਕਿ ਪਹਿਲੀ ਵਾਰ ਬਣਾਈ ਜਾ ਰਹੀ ਹੈ ਤੇ ਇਸ ਦੇ ਬਾਰੇ ਆਪਣੇ ਸੀਐਮ ਸਾਹਿਬ ਦਾ ਕੀ ਕਹਿਣਾ ਹੈ ਇੱਕ ਵਾਰ ਤਾਂ ਫਟਾਫਟ ਇਹ ਸੁਣੋ ਇੱਕ ਨਵੀਂ ਪੁਲਿਸ ਦੀ ਵੀ ਕੁਛ ਨਾ ਕੀਤੀ ਗਈ ਹੈ ਐਸਐਸਐਫ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਦੇਸ਼ ਦੀ ਪਹਿਲੀ ਕਹ ਹੈ ਜੀ ਪੁਲਿਸ ਹੋਊਗੀ ਜਿਹਦੇ ਕੋਲੇ ਸਭ ਤੋਂ ਮਹਿੰਗੀਆਂ ਗੱਡੀਆਂ ਸਭ ਤੋਂ ਮਹਿੰਗਾ ਉਹਦੇ ਵਿੱਚ ਡਿਜੀਟਲ ਇੰਸਟਾਲਮੈਂਟ ਕੈਮਰੇ ਬੋਨਟ ਦੇ ਵਿੱਚ ਕੈਮਰਾ ਪਿੱਛੇ ਪੁਲਿਸਮੈਨ ਦੇ ਬੋਡੀ ਤੇ ਕੈਮਰਾ ਵਰਦੀ ਨਵੀਂ ਹਰ 20 ਤੋਂ 25 ਕਿਲੋਮੀਟਰ ਦੇ ਵਿੱਚ ਰੇਡੀਅਸ ਦੇ ਵਿੱਚ ਤੁਹਾਨੂੰ ਇੱਕ ਅੱਧੀ ਗੱਡੀ ਐਸਐਸਐਫ ਦੀ ਔਨਤੀ ਚਾ ਜਾਂਦੀ ਮਿਲੂਗੀ ਸੋ ਇਹ ਅਸੀਂ ਉਹਨਾਂ ਲਈ ਦਿਨਾਂ ਚ ਕਰ ਰਹੇ ਹਾਂ ਦੋਸਤੋ ਨਵੀਂ ਪੰਜਾਬ ਪੁਲਿਸ ਭਰਤੀ ਬਾਰੇ ਤੁਸੀਂ ਸੁਣ ਲਿਆ ਹੋਵੇਗਾ ਸਪੈਸ਼ਲ ਫੋਰਸ ਬਣਾਈ ਜਾਵੇਗੀ ਨਵੀਂ ਵਰਦੀ ਹੋਏਗੀ ਨਵੀਂ ਗੱਡੀਆਂ ਹੋਏਗੀ ਤੇ ਕੰਮ ਹੋਏਗਾ ਦੋਸਤੋ ਜਿਹੜੇ ਜਵਾਨਾਂ ਦੇ ਜਾਂ ਫਿਰ ਲੋਕਾਂ ਦੇ ਸੜਕਾਂ ਉੱਤੇ ਐਕਸੀਡੈਂਟ ਹੋ ਜਾਂਦੇ ਆ ਉਹਨਾਂ ਦੀ ਹੈਲਪ ਕਰਨਾ ਉਹਨਾਂ ਦੀ ਜਾਨ ਬਚਾਣਾ ਕੰਮ ਵੀ ਵਧੀਆ ਫੋਰਸ ਵੀ ਵਧੀਆ ਤੇ ਹੁਣ ਤੁਹਾਡੇ ਤੇ ਡਿਪੈਂਡ ਹੈ ਜੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਆਪੋ ਆਪਣੀ ਮਿਹਨਤ ਵਈ ਤੁਸੀਂ ਸਟਾਰਟ ਕਰ ਲਿਓ ਕਿਉਂਕਿ ਇਸ ਦੀ ਸਿਲੈਕਸ਼ਨ ਪ੍ਰੋਸੈਸ ਪੁਲਿਸ ਭਰਤੀ ਵਾਂਗੂ ਹੀ ਹੋਣੀ ਹੈ ਉਹਦੇ ਲਈ ਜਾਣਕਾਰੀ ਵਾਸਤੇ ਤੁਸੀਂ ਆਪਣੇ ਪੰਜਾਬ ਪੁਲਿਸ ਕੋਚਿੰਗ ਅਕੈਡਮੀ ਚੈਨਲ ਤੇ ਵਿਜ਼ਿਟ ਕਰਿਓ ਕਿਉਂਕਿ ਉੱਥੇ ਮੈਂ ਪੂਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਹੋਈ ਹੈ ਕਿ ਇਸ ਫੋਰਸ ਦੇ ਵਿੱਚ ਕਿੰਨੀ ਪੋਸਟਾਂ ਹੈ ਕੁਆਲਿਫਿਕੇਸ਼ਨ ਕੀ ਹੈ ਫਿਜ਼ੀਕਲ ਕਿਸ ਤਰੀਕੇ ਨਾਲ ਹੋਏ ਇਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾਈ ਹੈ ਤਿਆਰੀ ਵਗੈਰਾ ਕਰਨ ਦੀ ਤਾਂ ਉੱਥੇ ਤੁਸੀਂ ਵਿਜ਼ਿਟ ਕਰਿਓ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਮਿਲ ਜੇਗਾ ਠੀਕ ਹੈ ਇਸ ਤੋਂ ਇਲਾਵਾ ਤੁਹਾਡੇ ਕੋਈ ਸਵਾਲ ਡਾਊਟ ਹੈ ਤਾਂ ਫਟਾਫਟ ਕਮੈਂਟ ਕਰਕੇ ਪੁੱਛ ਲਿਓ ਬਾਕੀ ਆਪਾਂ ਮਿਲਦੇ ਆ नेक्स्ट ਵੀਡੀਓ ਵਿੱਚ ਉਦੋਂ ਤੱਕ ਦੇ ਲਈ ਰੱਬ ਰੱਖਾ